ਜਿੱਥੇ ਇੱਕ ਪਾਸੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ 6ਵੇਂ ਪੇ ਕਮਿਸ਼ਨ ਨੂੰ ਆਪਣੀ ਵੱਡੀ ਕਾਮਯਾਬੀ ਦੱਸ ਰਹੀ ਹੈ, ਉੱਥੇ ਦੂਜੇ ਪਾਸੇ ਸਿਹਤ ਨਾਲ ਜੁੜਿਆ ਮਹਿਕਮਾ ਇਸ ਤੋਂ ਨਾਰਾਜ਼ ਨਜ਼ਰ ਆ ਰਿਹਾ ਹੈ। ਇਸੇ ਦੇ ਚੱਲਦੇ ਅੱਜ ਜਲੰਧਰ ਦੇ ਸਿਵਲ ਹਸਪਤਾਲ ਦੇ ਵਿੱਚ ਨਰਸਿੰਗ ਸਟਾਫ ਵੱਲੋਂ 6ਵੇਂ ਪੇ ਕਮਿਸ਼ਨ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ 6ਵੇਂ ਪੇ ਕਮਿਸ਼ਨ ਦੇ ਵਿੱਚ ਉਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ, ਬਲਕਿ ਉਹਨਾਂ ਨੂੰ ਜੋ ਪਹਿਲਾਂ ਤਨਖਾਹਾਂ ਮਿਲਦੀਆਂ ਸਨ ਉਸ ਵਿੱਚ ਵੀ ਕਟੌਤੀ ਕਰ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੇ ਵਿੱਚ ਉਹਨਾਂ ਨੇ ਵੱਧ ਚੜ੍ਹ ਕੇ ਲੋਕਾਂ ਦੀ ਸੇਵਾ ਕੀਤੀ ਹੈ, ਪਰ ਸਰਕਾਰ ਨੇ ਉਹਨਾਂ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਮੈਂ ਸਟਾਫ ਨਰਸ ਕਾਂਤਾ, ਨਰਸਿੰਗ ਐਸੋਸੀਏਸ਼ਨ ਦੀ ਪ੍ਰੈਜ਼ੀਡੈਂਟ ਡਿਸਟ੍ਰਿਕਟ ਜਲੰਧਰ ਤੋਂ। ਮੇਰਾ ਸਾਰਾ ਸਟਾਫ ਜਿੱਦਾਂ ਵੀ ਨਰਸਿੰਗ ਜਲੰਧਰ ਡਿਸਟ੍ਰਿਕਟ ਤੋਂ ਹੈ, ਸਾਰੇ ਇਕੱਠੇ ਹੋਏ ਹਾਂ ਅੱਜ ਇਸ ਮਤਲਬ ਸਟੇਸ਼ਨ 'ਤੇ। ਅੱਜ ਅਸੀਂ ਟਰਾਈ ਕਰ ਰਿਹਾ, ਕਾਫੀ ਸਾਨੂੰ ਮਤਲਬ ਕਿ ਸਰਕਾਰ ਨਾਲ ਰੋਸ ਸੀਗਾ ਜਿਹੜਾ ਨਾ ਮੈਂ ਪੇ ਕਮਿਸ਼ਨ ਲਾਗੂ ਕੀਤਾ, ਉਹਦੇ ਵਿੱਚ ਸਾਨੂੰ ਕੋਈ ਬੈਨੀਫਿਟ ਨਹੀਂ ਹੋਇਆ ਜਿਹੜਾ ਸਾਨੂੰ ਮਤਲਬ ਕਿ ਜਿੱਦਾਂ ਅਸੀਂ ਕਰੋਨਾ ਵਾਇਰਸ ਦੇ ਵਿੱਚ ਆਪਾਂ ਕੰਮ ਕੀਤਾ ਸਾਰੇ ਸਟਾਫ ਨੇ, ਇੰਨਾ ਕੰਮ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ, ਅਤੇ ਅਸੀਂ ਉਸ ਧੱਕੇ ਦੇ ਕਾਰਨ ਸਾਨੂੰ ਅੱਜ ਸੜਕਾਂ 'ਤੇ ਉਤਰਨਾ ਪਿਆ। ਅਤੇ ਇਹਦੇ ਜੋ ਵੀ ਸਾਡਾ ਅਸੀਂ ਸਟ੍ਰਾਈਕ ਵਿੱਚ ਕਰ ਰਹੇ ਹਾਂ, ਇਹ ਸਟ੍ਰਾਈਕ ਦੇ ਲਈ ਸਰਕਾਰ ਖੁਦ ਜ਼ਿੰਮੇਵਾਰ ਹੈ, ਸਾਡਾ ਕੋਈ ਮੁਲਾਜ਼ਮ ਜ਼ਿੰਮੇਵਾਰ ਨਹੀਂ। ਕਿਉਂਕਿ ਜਦੋਂ ਸਾਨੂੰ ਕੋਈ ਮਾਂ ਨੂੰ ਬੱਚੇ ਨੂੰ ਦੁੱਧ ਨਹੀਂ ਦਿੰਦੀ ਤਾਂ ਬੱਚੇ ਨੂੰ ਰੋ ਕੇ ਦੁੱਧ ਮੰਗਣਾ ਪੈਂਦਾ, ਅਤੇ ਸੋ ਅੱਜ ਸਰਕਾਰ ਨੇ ਸਾਨੂੰ ਇੱਥੋਂ ਤੱਕ ਲਿਆ ਕੇ ਖੜ੍ਹਾ ਕਰ ਦਿੱਤਾ ਕਿ ਅੱਜ ਅਸੀਂ ਸੜਕਾਂ 'ਤੇ ਆ ਗਏ ਹਾਂ ਆਪਣੀ ਮੰਗਾਂ ਦੇ ਲਈ, ਆਪਣੇ ਹੱਕਾਂ ਦੇ ਲਈ। ਸਰਕਾਰ ਨੇ ਸਾਡੇ ਨਾਲ ਸਾਡਾ ਜਿਹੜਾ ਪੇ ਕਮਿਸ਼ਨ ਦੇ ਵਿੱਚ ਇਹਨਾਂ ਨੇ ਰੱਖਿਆ ਉਹ 5% ਆਪਣਾ ਹਾਊਸ ਰੈਂਟ ਵੀ ਘਟਾਤਾ, ਸਾਡਾ DA 'ਤੇ ਵੀ ਨੁਕਸਾਨ ਕੀਤਾ। ਦੂਜੀ ਗੱਲ ਇਹ ਕਿ ਸਾਨੂੰ ਜਿਹੜਾ ਅਸੀਂ 20 ਗ੍ਰੇਡ ਚਾਹੁੰਦੇ ਸੀਗੇ ਨਰਸਿੰਗ ਐਸੋਸੀਏਸ਼ਨ ਵਾਲੇ ਸਾਰਾ ਨਰਸਿੰਗ ਕੈਡਰ, ਅਤੇ ਉਹਨਾਂ ਨੂੰ 30 ਗ੍ਰੇਡ 'ਚ ਲਿਆਤਾ, ਸਾਡਾ 4600 ਗ੍ਰੇਡ ਸੀਗਾ ਜਦਕਿ 3800 ਕਰਤਾ। ਇਹਨਾਂ ਨੂੰ ਇਹਨਾਂ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਵੀ ਇਹ ਕਰੋਨਾ ਦਾ ਪਹਿਲੀ ਮਾਰ ਆਈ ਜਾਂ ਦੂਜੀ ਮਾਰ ਆਈ, ਫਰੰਟ 'ਤੇ ਸਾਡਾ ਸਾਰਾ ਪੈਰਾਮੈਡੀਕਲ ਸਟਾਫ ਲੜਿਆ, ਉਹ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਆ, ਅਤੇ ਸਾਡੀ ਸਰਕਾਰ ਨੂੰ ਅਤੇ ਸਾਨੂੰ ਸਗੋਂ ਐਪਰੀਸ਼ੀਏਟ ਕਰਨ ਦੇ ਲਈ, ਹੋਰ ਸਾਡੀ ਤਨਖਾਹ ਵਧਾਉਣ ਦੇ ਲਈ ਉਲਟਾ ਸਾਡੀ ਤਨਖਾਹ 'ਚ ਘਾਟਾ ਕਰਤਾ, ਜਿਹਦੇ ਕਰਕੇ ਸਾਨੂੰ ਮਤਲਬ ਇਹ ਪੇ ਕਮਿਸ਼ਨ ਨਹੀਂ ਮਤਲਬ ਕਿ ਚੰਗੀ ਲੱਗੀ। ਅਸੀਂ ਇਹਦੇ ਰੋਸ ਦੇ ਵਿੱਚ ਸਾਰਾ ਸਟਾਫ ਸੜਕਾਂ 'ਤੇ ਇਕੱਠੇ ਹੋ ਗਏ ਹਾਂ। ਇਹ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਾਂ ਤਾਂ ਆਪਣੀ ਇਹ ਪੇ ਕਮਿਸ਼ਨ ਰੱਦ ਕਰ ਦੇਣ ਅਤੇ ਸਾਡੀ ਇਹਦੇ ਤਨਖਾਹਾਂ ਦੇ ਵਿੱਚ ਵਾਧਾ ਕਰੇ, ਸਾਨੂੰ ਬੈਨੀਫਿਟ ਦੇਣ, ਅਤੇ ਅਸੀਂ ਇਸ ਤਾਂ ਹੀ ਹੁਣ ਪੈਰ ਪਿੱਛੇ ਕਦਮ ਆਪਣੇ ਪਿੱਛੇ ਕਰਾਂਗੇ, ਨਹੀਂ ਤਾਂ ਅਸੀਂ ਇੱਦਾਂ ਹੀ ਸਟ੍ਰਾਈਕ ਰੱਖਾਂਗੇ। ਇਹਨਾਂ ਨੂੰ ਇਹ ਵੀ ਪਤਾ ਸਰਕਾਰ ਨੂੰ ਕਿ ਜੇ ਨਰਸਿਸ ਇੱਕ ਵਾਰੀ ਕੰਮ ਛੱਡ ਕੇ ਬਾਹਰ ਆ ਗਈ ਤਾਂ ਇਹਨਾਂ ਦਾ ਸਾਰਾ ਹੀ ਸਟਾਫ ਇੱਥੇ ਜਿਹੜਾ ਕੰਮ ਹੈ ਠੱਪ ਹੋ ਜਾਣਾ, ਇਸ ਕਰਕੇ ਇਹ ਸਾਨੂੰ ਮੌਕਾ ਨਾ ਦੇਣ ਇੱਥੋਂ ਤੱਕ ਨੌਬਤ ਲਿਆਉਣ ਦਾ। ਸੋ ਸਰਕਾਰ ਅੱਗੇ ਅਪੀਲ ਹੈ, ਚਾਹੇ ਉਹ ਅਪੀਲ ਸਮਝ ਲਏ, ਚਾਹੇ ਬੇਨਤੀ ਸਮਝ ਲਏ, ਕੁਛ ਸਮਝ ਲਏ, ਅਤੇ ਆਪਣੀ ਪੇ ਕਮਿਸ਼ਨ ਨੂੰ ਰੱਦ ਕਰੇ ਅਤੇ ਸਾਡੇ ਹੱਕ ਸਾਨੂੰ ਵਾਪਸ ਕਰੇ। ਜਲੰਧਰ ਤੋਂ ਵਿਨੇ ਸ਼ਰਮਾ ਦੀ ਰਿਪੋਰਟ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ, ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆਂ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।